ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਖਰਾਬ ਕਰ ਦਿੱਤਾ ਉੱਥੇ ਹੀ ਕਿਸਾਨਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਲਿਆ ਦਿੱਤੇ ਨੇ। ਜੇਕਰ ਨਾਭਾ ਦੀ ਗੱਲ ਕੀਤੀ ਜਾਏ ਤਾਂ ਬੀਤੇ ਦਿਨੀ ਨਾਭਾ ਵਿੱਚ ਲਗਾਤਾਰ 6 ਘੰਟੇ ਹੋਈ ਮੂਸਲਾਧਾਰ ਬਾਰਿਸ਼ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ ਨਹਿਸ ਕਰਕੇ ਰੱਖ ਦਿੱਤੀ। ਕਿਸਾਨਾਂ ਦੀ ਝੋਨੇ ਦੀ ਫਸਲ ਤੋਂ ਇਲਾਵਾ ਆਲੂ, ਮਟਰ ਤੇ ਹਰੀਆਂ ਸਬਜ਼ੀਆਂ ਬਿਲਕੁਲ ਨਸ਼ਟ ਹੋ ਗਈਆਂ। ਨਾਭਾ ਬਲਾਕ ਦੇ ਪਿੰਡ ਸਹੋਲੀ ਦੇ ਕਿਸਾਨਾਂ ਵੱਲੋਂ ਰੋਸ ਜ਼ਾਹਰ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਅਜੇ ਕੋਈ ਵੀ ਨੁਮਾਇੰਦਾ ਗਿਰਦਾਵਰੀ ਲਈ ਨਹੀਂ ਭੇਜਿਆ ਗਿਆ। ਕਿਸਾਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਸਾਡੀ ਫਸਲ ਨੁਕਸਾਨੀ ਗਈ ਹੈ ਉਸਦੀ ਗਿਰਦਾਵਰੀ ਕਰਵਾਈ ਜਾਏ। ਇਸ ਮੌਕੇ ਤੇ ਪਿੰਡ ਦੇ ਸਰਪੰਚ ਤੇ ਕਿਸਾਨ ਵਿਕਰਮ ਸਿੰਘ ਤੇ ਕਿਸਾਨ ਗੁਰਮੁਖ ਸਿੰਘ ਨੇ ਕਿਹਾ ਕਿ ਜੋ ਬੇਮੌਸਮੀ ਬਰਸਾਤ ਪਈ ਹੈ ਇਸ ਦੇ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਕਿ ਇੰਨੇ ਵੱਡੇ ਪੱਧਰ ਤੇ ਜੋ ਬਾਰਿਸ਼ ਹੋਈ ਹੈ ਉਹ ਸਾਰੀ ਫਸਲ ਖਰਾਬ ਕਰ ਚੁੱਕੀ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾਏ। ਸਾਡੇ ਪਿੰਡ ਜੀ ਬਹੁਤ ਜ਼ਿਆਦਾ ਬਾਰਿਸ਼ ਦਾ 6 ਘੰਟੇ ਬਾਰਿਸ਼ ਪਈ ਹੈ ਜੀ। ਉਹ ਬਾਰਿਸ਼ ਪੈਣ ਨਾਲ ਜਿਹੜਾ ਆਲੂ ਬੀਜਿਆ ਵੇ ਦੀ ਸਾਰਾ ਤਬਾਹ ਹੋ ਗਿਆ ਜੀ, ਕਣਕ ਤਬਾਹ ਹੋ ਗਈ ਜੀ, ਮਟਰ ਬੀਜੇ ਵੇ ਤੇ ਉਹ ਸਾਰੇ ਤਬਾਹ ਹੋ ਗਏ ਜੀ। ਜੀਰੀ ਦੇ ਵਿੱਚ ਵੀ ਗੋਡੇ ਗੋਡੇ ਪਾਣੀ ਖੜ੍ਹਾ ਜੀ, ਹੁਣ ਵੀ ਪਾਣੀ ਆ ਬਹੁਤ ਰਿਹਾ ਜੀ। ਸੋ ਅਸੀਂ ਸਰਕਾਰ ਤੋਂ ਮੰਗ ਇਹੀ ਕਰਦੇ ਹਾਂ ਵੀ ਇਹਦੀ ਵਿਸ਼ੇਸ਼ ਗਦਾਵਰੀ ਕਰਾ ਕੇ ਜਿਹੜਾ ਬਣਦਾ ਮੁਆਵਜ਼ਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਜੀ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। 30,000 ਰੁਪਇਆ ਘੱਟੋ ਘੱਟ 1 ਏਕੜ 'ਤੇ ਆਲੂ ਬੀਜਣ 'ਤੇ ਲੱਗਦਾ ਜੀ, 5-6-7,000 ਰੁਪਇਆ ਕਣਕ ਬੀਜਣ 'ਤੇ ਲੱਗਦਾ ਜੀ, ਮਟਰ ਬੀਜਣ 'ਤੇ ਵੀ 10,000 ਰੁਪਇਆ ਲੱਗ ਜਾਂਦਾ ਜੀ। ਉਹ ਸਾਰਾ ਜ਼ਿਮੀਂਦਾਰ ਦਾ ਬਹੁਤ ਵੱਡਾ ਘਾਟਾ ਪਿਆ ਜੀ। ਉਹਦੀ ਸਰਕਾਰ ਨੂੰ ਮੰਗ ਕਰਦੇ ਹਾਂ ਅਸੀਂ ਜੀ ਇਹਦੀ ਵਿਸ਼ੇਸ਼ ਗਦਾਵਰੀ ਕਰਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ। ਸਰਕਾਰ ਵੱਲੋਂ ਅਨਾਊਂਸ ਕੀਤਾ ਗਿਆ ਵੀ ਜਿਵੇਂ ਫਸਲ ਖਰਾਬ ਹੋਈ ਹੈ ਖੇਤਾਂ 'ਚ ਉਹਨਾਂ ਦੀ ਗਦਾਵਰੀ ਕੀਤੀ ਹੈ, ਤੁਹਾਡੇ ਕੋਲ ਕੋਈ ਹਜੇ ਪ੍ਰਸ਼ਾਸਨਿਕ ਅਧਿਕਾਰੀ ਆਇਆ ਇਸ ਕੰਮ? ਨਹੀਂ, ਹਾਲੇ ਕੋਈ ਨਹੀਂ ਆਇਆ ਜੀ। ਮੇਰੀ ਗੱਲ ਹੋਈ ਸੀ ਆਪਣੇ ਮੰਤਰੀ ਸਾਹਿਬ ਨਾਲ, ਸਾਧੂ ਸਿੰਘ ਨਾਲ ਜੀ। ਉਹ ਕਹਿੰਦੇ ਅਸੀਂ ਫੋਨ ਕਰਦੇ ਹਾਂ, ਅਸੀਂ ਮੈਮੋਰੰਡਮ ਵੀ ਦੇ ਕੇ ਆਵਾਂਗੇ ਅੱਜ ਐਡੀਐਮ ਸਾਹਿਬ ਨੂੰ ਜੀ, ਉਹਨਾਂ ਨੂੰ ਬੇਨਤੀ ਕਰਕੇ ਆਵਾਂ ਵੀ ਸਾਡੇ ਪਿੰਡ ਦੀ ਵਿਸ਼ੇਸ਼ ਗਦਾਵਰੀ ਕਰਾਈ ਜਾਵੇ ਜੀ। ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਆਪ ਚਾਹੀਦਾ, ਜਦੋਂ ਐਡੇ ਪੱਧਰ 'ਤੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ, ਉਹਨਾਂ ਨੂੰ ਆਪ ਪਹੁੰਚਣਾ ਸੀ ਜੀ। ਪਰ ਹਾਲ ਤੱਕ ਕੋਈ ਨਹੀਂ ਪਹੁੰਚਿਆ ਜੀ। ਅਸੀਂ ਸਾਰਾ ਨਗਰ ਇਸੇ ਵਰਕੇ ਇਕੱਠਾ ਹੋਏ ਹਾਂ ਜੀ ਵੀ ਚਲੋ ਅਸੀਂ ਆਪ ਜਾ ਕੇ ਦੱਸ ਕੇ ਆਈਏ, ਫਿਰ ਜੇ ਨਹੀਂ ਪਹੁੰਚਿਆ। ਕਈ ਵਾਰੀ ਇਹ ਹੁੰਦਾ ਵੀ ਸਾਨੂੰ ਦੱਸ ਦਿੰਦੇ ਜੀ, ਅਤੇ ਅੱਜ ਅਸੀਂ ਜਾਵਾਂਗੇ ਜਾ ਕੇ ਉਹਨਾਂ ਨੂੰ ਹਰੀਮ ਸਾਹਿਬ ਨੂੰ ਮੋਰੰਡਨ ਦੇ ਕੇ ਆਵਾਂਗੇ। ਪਟਵਾਰੀ ਤਾਂ ਹੈ ਜਿਹੜੇ, ਉਹ ਆਉਂਦੇ ਜਾਂਦੇ ਰਹਿੰਦੇ, ਪਟਵਾਰੀਆਂ ਦਾ ਪਤਾ ਹੋਣਾ ਚਾਹੀਦਾ ਵੀ ਚੀਜ਼ ਦਾ। ਪਟਵਾਰੀ ਵੀ ਕੋਈ ਨਹੀਂ ਆਇਆ ਜੀ, ਕੋਈ ਅਧਿਕਾਰੀ ਨਹੀਂ ਆਇਆ, ਕੋਈ ਪਟਵਾਰੀ ਨਹੀਂ ਆਇਆ ਜੀ ਹਾਲੇ, ਹਾਲ ਤੱਕ ਕੋਈ ਨਹੀਂ ਆਇਆ ਜੀ। ਤੁਹਾਡੇ ਪਿੰਡ ਤੋਂ ਇਲਾਵਾ ਹੋਰ ਕਿੰਨੇ ਕੁ ਪਿੰਡਾਂ ਨੁਕਸਾਨ? ਕਾਫੀ ਪਿੰਡਾਂ ਦਾ ਜੀ, ਜਿੱਥੇ ਵੀ ਆਲੂ ਆਪਣੇ ਨਾਭੇ ਏਰੀਏ ਦੇ ਵਿੱਚ ਜਿਵੇਂ ਖੋਖਾ, ਚਾਹੇ ਗੌਲਾ ਜੀ ਜਾਂ ਕੱਲਰ ਮਾਜਰੀ ਆ ਜੀ, ਉੱਥੇ ਜਿੱਥੇ ਆਲੂ ਬੀਜਿਆ ਸਾਰੇ ਆਲੂ ਤਾਂ ਜਿਵੇਂ ਤਬਾਹ ਹੋ ਗਿਆ ਜੀ। ਕਿੰਨੀ ਕੁ ਫਸਲ ਸੀ ਆਲੂ ਦੀ ਜਿਹੜੀ ਆਪਾਂ ਇੱਥੇ ਗੱਲ ਕੀਤੀ ਹੈ, ਕਿੰਨੇ? ਉਰੇ ਮੇਰੇ ਪਿੰਡ ਘੱਟੋ ਘੱਟ 200 ਏਕੜ ਦੇ ਲਗਭਗ ਆਲੂ ਹੋਊਗਾ ਜੀ, ਅਤੇ ਮਟਰ ਹੋਣਗੇ 4-5 ਕਿੱਲੇ ਮਟਰਾਂ ਦੇ ਜੀ। ਕਣਕ ਤਾਂ ਬਹੁਤ ਬੀਜੀ ਗਈ ਸੀ ਜੀ, ਕਿਉਂਕਿ ਜੀਰੀ ਵੱਢਣ ਤੋਂ ਬਾਅਦ ਉਸੇ ਗਿੱਲ ਦੀ ਫਿਰ ਕਣਕ ਬੀਜੀ ਜਾਂਦੀ ਹੈ ਜੀ। ਉਹ ਕਣਕ ਵੀ ਨਹੀਂ ਹੋਣੀ ਕਿਉਂਕਿ ਪਾਣੀ ਤੁਹਾਡੇ ਸਾਹਮਣੇ ਕਿੰਨਾ ਪਾਣੀ ਖੜ੍ਹਾ ਜੀ, ਗੋਡੇ ਗੋਡੇ ਪਾਣੀ ਖੜ੍ਹਾ। ਵੀਹ-25 ਦਿਨ ਹਾਲੇ ਬੀਜੀ ਜਾਣੀ ਜੀ। ਦੁਬਾਰੇ ਡਾਈ ਦਾ ਵੀ ਰੇਹ ਦਾ ਬੜਾ ਔਖਾ ਲਿੱਤਾ ਸੀ ਪਹਿਲਾਂ, ਹੁਣ ਡਾਈ ਦੀ ਵੀ ਸੌਟ ਚੱਲਦੀ ਜੀ ਬਹੁਤ, ਅਤੇ ਉਸ ਤੋਂ ਬਾਅਦ 20-25 ਦਿਨਾਂ ਤੋਂ ਬਾਅਦ ਕਿਤੇ ਜੀਰੀ ਨਹੀਂ ਵੱਢੀ ਜਾਣੀ ਜੀ, 15-20 ਦਿਨ ਤਾਂ ਜੀ ਗੋਡੇ ਗੋਡੇ ਪਾਣੀ ਖੜ੍ਹਾ ਜੀ। ਕੁੱਲ ਮਿਲਾ ਕੇ ਪੈਸਿਆਂ ਦਾ ਕਿੰਨਾ ਕੁ ਆਪਾਂ ਮੰਨ ਸਕਦੇ ਹਾਂ, ਚਾਹੇ ਮਟਰ ਦੀ ਆ ਖੇਤੀ ਚਾਹੇ ਆਲੂ ਨੇ, ਕਿ ਪੈਸਿਆਂ ਦੇ ਹਿਸਾਬ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ? ਪੈਸਿਆਂ ਦਾ ਜੀ ਹੁਣ ਦੇਖ ਲਓ 30,000 ਰੁਪਏ ਇੱਕ ਏਕੜ ਦਾ ਜੀ, ਅਤੇ 10 ਰੁਪਏ ਦਾ ਨੁਕਸਾਨ ਦੱਸ ਸਕਦੇ ਜੀ, ਲੱਖਾਂ ਰੁਪਏ ਦਾ? ਹਾਂਜੀ, ਲੱਖਾਂ ਰੁਪਇਆ ਦਾ, ਲੱਖਾਂ ਤੋਂ ਹੋ ਜੀ ਲੱਖਾਂ ਦਾ ਸੱਚ। ਬਾਕੀ ਡੀਜ਼ਲ ਦੇਖੋ ਜੀ, ਡੀਜ਼ਲ 100 ਰੁਪਏ ਮੰਗ ਡੀਜ਼ਲ ਹੋਇਆ ਵਾ ਜੀ, ਸਾਰਾ ਖਰਚਾ ਦੁਬਾਰੇ ਪੈਣਾ, ਡੀਜ਼ਲ ਦਾ ਵੀ ਪੈਣਾ ਜੀ। ਫਿਰ ਆਲੂ ਦਾ ਤਾਂ ਹੋਰ ਆ ਜੀ, ਆਲੂ ਦਾ ਬੀਜ ਨਹੀਂ ਹੈਗਾ ਹੁਣ ਲੋਕਾਂ ਦਾ ਵੀ, ਉਹ ਜਿਹੜਾ ਬੀਜ ਸੀ ਉਹ ਬੀਜਤਾ ਜੀ, ਦੁਬਾਰੇ ਵੀ ਇੱਕ ਤਾਂ ਮਿਲਣਾ ਨਹੀਂ ਜੀ, ਮਿਲਣਾ ਬਹੁਤ ਮਹਿੰਗਾ ਮਿਲਣਾ ਜੀ, ਹੁਣ 1,000 ਰੁਪਇਆ ਗੱਟਾ ਤਾਂ ਹੋਣੇ ਲੱਗੇ ਕਹਿਣ ਜੀ, 2,000 ਦਾ ਕੁਇੰਟਲ ਜੀ, ਅਤੇ ਇੰਨਾ ਤਾਂ ਹੈ ਨਹੀਂ ਹੁਣ ਬੀਜ, ਕਿਉਂਕਿ ਤਕਰੀਬਨ 70% ਲਗਭਗ ਬਿਜਾਈ ਹੋ ਚੁੱਕੀ ਸੀ। ਜੇ ਕਿਸਾਨਾਂ ਨੂੰ ਇੰਨਾ ਮਹਿੰਗਾ ਮਿਲੂਗਾ ਤਾਂ ਆਮ ਵਰਗ ਨੂੰ ਫਿਰ ਆਲੂ ਕੀ ਰੇਟ ਮਿਲੂਗਾ? ਆਮ ਤਾਂ ਮੈਨੂੰ ਤਾਂ ਲੱਗਦਾ ਜੀ 30-35 ਰੁਪਏ ਤੋਂ ਘੱਟ ਨਹੀਂ ਮਿਲਣਾ ਜੀ ਆਲੂ, ਜਦੋਂ ਪਟਾਈ ਸ਼ੁਰੂ ਹੋ ਜਦ ਵੀ ਇੰਨਾ ਰੇਟ ਹੋਣਾ ਜੀ। ਆਲੂ ਦਾ ਬੀਜਣ ਦਾ ਨੁਕਸਾਨ ਬਹੁਤ ਹੋ ਗਿਆ ਨਾ ਜੀ, ਹੁਣ ਤਾਂ ਆਲੂ ਬੀਜਿਆ ਨਹੀਂ ਜਾਣਾ ਦੁਬਾਰਾ ਜੀ, ਨਾ ਬੀਜ ਮਿਲਣਾ ਜੀ, ਅਤੇ ਉਹਦਾ ਟਾਈਮ ਲੰਘ ਜਾਣਾ ਜੀ। ਕਿਸਾਨ ਇੱਥੇ ਤਕਰੀਬਨ ਅੱਧ ਤੋਂ ਵੱਧ ਖੇਤਾਂ ਦਾ ਤਾਂ 100% ਠੀਕ ਹੈ, ਜੀਰੀ ਦੇ ਕੁਛ ਖੇਤ ਜਿਹੜੇ ਆਪਾਂ ਨੂੰ ਖੜ੍ਹੇ ਨਜ਼ਰ ਆਉਂਦੇ ਆ ਪਾਣੀ, ਉਹਨਾਂ 'ਚ ਵੀ ਪੂਰਾ ਖੜ੍ਹਾ। ਆਲੂਆਂ ਦਾ ਤਾਂ ਸਬਜ਼ੀ ਕੋਈ ਵੀ ਆ, ਇਹਦਾ ਸਾਰਾ 100% ਹੀ ਨੁਕਸਾਨ ਆ ਇਹਦਾ, ਜਿਹੜਾ ਅਸੀਂ 30,000 ਘੱਟੋ ਘੱਟ 1 ਕਿੱਲੇ 'ਤੇ ਲਾ ਕੇ 1 ਏਕੜ 'ਤੇ ਇਹ ਫਸਲ ਬੀਜੀ ਆ, ਉਹਦੇ 'ਚ ਆਪਣੀ ਮਿਹਨਤ ਛੱਡ ਕੇ, ਅਤੇ ਬਾਕੀ ਦੁਬਾਰਾ ਫਸਲ ਨਹੀਂ ਬੀਜੀ ਜਾਣੀ, ਨਾ ਬੀਜ ਮਿਲਦਾ। ਡਾਈ ਦਾ ਤੁਹਾਨੂੰ ਸਾਰਿਆਂ ਨੂੰ ਪਤਾ, ਡਾਈ ਤਾਂ ਮਾਰ ਕਟਾਈ ਹੁੰਦੇ ਨੇ ਕਿਸਾਨ, ਅਤੇ ਇਹ ਤਾਂ ਹੁਣ ਜਮਾਂ ਹੀ ਮਰਨ ਵਾਲੀ ਗੱਲ ਆ ਕਿਸਾਨਾਂ ਦੇ। ਤੁਹਾਨੂੰ ਲੱਗਦਾ ਵੀ ਜਿਹੜਾ ਭਰਪਾਈ ਕਰ ਸਕਣਗੇ? ਇੱਕ ਪਾਸੇ ਤਾਂ ਬਠਿੰਡੇ ਏਰੀਏ 'ਚ ਨਰਮੇ ਜਿਹੜੀ ਹੈਗੀ ਸੀ, ਨਰਮੇ ਨੂੰ ਸੁੰਡੀ ਪਈ ਆ, ਉੱਥੇ ਤਾਂ
भरपाई कर नहीं सकी किसानों की सरकार थोड़ा लगता भी इतने नुकसान का मुआवजा देगी। देखो जी साड़ी तो डिमांड हैगी हूँ ये सब उस बाद सरकार की गल है भी सरकार की करती है अगर सरकार साड़ी मदद नहीं करनी कल सरकार भी साढ़े की लोड़ पैनी है फिर वो असं सोचांगे। अपने एरिए जोड़े खेतीबाड़ी मंत्री हम पंजाब के इस टाइम है मौजूद है जमपाल नाभे दे तो मलोह हल्के की नुमाइंदगी साडा डीएपी भी वह मलोह लेके होर इतों सू तो उन्होंने तो की आस हो सकती है बाकी उन्होंने आना तो महीने तो तीन महीने बाद किसी कोई आऊ जी सरकार है वह नुमाइंदा भी आऊ कोई वह जवाब असं उदों देवे फिर जो ना कुछ बनया। दूजे पासे नाभा के नायब तहसीलदार करमजीत सिंह खटला ने कहा कि असी दो दिनों के अंदर अंदर पटवारियों की ड्यूटी लगा रहे हैं कि वह सारी रिपोर्ट लिया के उन्होंने सौंपणगे उसके आधार पर उन्होंने मुआवजा दिता जाएगा। जिहड़े दो दिन भारी बारिश हुई है पंजाब सरकार वालों स्पैशल खराबा गिरदौरी के ऑर्डर साढ़े को पहुँच गए हैं हूँ असी पटवारियों की ड्यूटियां ला दित्तियां ये जल्दी तो तीन दिन के असी यह रिपोर्ट सारे सर्वे करवा लेना पटवारी तो उस तो बाद असी फिर यह सरकार को भेज दें। फिलहाल तो जी सारे पटवारी अपने कल पिंड असी सर्वे करवावे कल पिंड करवावे तो सारे पिंड की रिपोर्ट लैके फिर अके अगे सरकार को भेजेंगे मुआवजे लिए जिमें आलू की फसल भी वह भी नुकसानी गई है यह जी हाँ वह भी नोट किया जाऊगा जी। नाभा तो ब्यूरो रिपोर्ट वधेरे खबरां लई तुसी देखदे रहो अजीत वैब टीवी। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हां नाल ही दोस्तां नूं पेज लाइक करन दे लई इनवाइट करना ना भुलणा। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।